ਪਿੰਡੂ ਲਾਈਵ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਅਸੀਂ ਪਹੁੰਚੇ ਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਧਗਾਣਾ ਵਿਖੇ ਜਿੱਥੇ ਕਿ ਬਹੁਤ ਹੀ ਛੋਟਾ ਪਿੰਡ ਹੈ ਸਿਰਫ 135 ਵੋਟਾਂ ਜਿਦੇ ਵਿੱਚੋਂ ਕਿ 118 ਵੋਟਾਂ ਪੋਲ ਹੋਈਆਂ ਜੀ ਦੇ ਵਿੱਚੋਂ ਗੁਰਪ੍ਰੀਤ ਕੌਰ ਨੇ ਜਿਹੜੇ 51 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਚੁੱਕੇ ਨੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਪਤੀ ਸਤਪਾਲ ਦਿਓਲ ਐਡਵੋਕੇਟ ਸਾਹਿਬ ਉਹਨਾਂ ਤੋਂ ਜਾਣਦੇ ਆਪਾਂ ਵਿਕਾਸ ਦੇ ਮੁੱਦੇ ਬਾਰੇ ਕੀ ਕੀ ਵਿਕਾਸ ਨੂੰ ਲੈ ਕੇ ਉਹ ਚੱਲੇ ਨੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਵਧਾਈਆਂ ਤੁਹਾਨੂੰ ਜਿੱਤ ਦੀਆਂ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਤੁਸੀਂ ਪਿੰਡੂ ਲਾਈਵ ਦੀ ਟੀਮ ਸਾਡੇ ਕੋਲੇ ਪਹੁੰਚੀ ਹੈ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਕਿਹੜੇ ਕਿਹੜੇ ਵਿਕਾਸ ਦੇ ਜਿਹੜੇ ਮੁੱਦੇ ਨੇ ਜਿਹੜੇ ਪਹਿਲ ਦੇ ਆਧਾਰ ਤੇ ਤੁਸੀਂ ਲੈ ਕੇ ਚੱਲੋ ਪਿੰਡ ਦੇ ਵਿਕਾਸ ਨੂੰ ਲੈ ਕੇ ਪਹਿਲਾ ਪਿੰਡ ਦੇ ਕੰਮ ਕਰਾਓਗੇ ਜਿਹੜੇ ਦੇਖੋ ਸਾਡਾ ਜਿਹੜਾ ਪਿੰਡ ਹੈਗਾ ਮਾਨਸਾ ਜ਼ਿਲ੍ਹੇ ਦਾ ਸਭ ਤੋਂ ਛੋਟਾ ਪਿੰਡ ਸ਼ਾਇਦ ਹੋਵੇ ਇਹ 135 ਦੇ ਕਰੀਬ ਹੀ ਇੱਥੇ ਵੋਟਾਂ ਨੇ ਤੇ 300 ਦੇ ਕਰੀਬ ਆਬਾਦੀ ਹੈ ਕਿਉਂਕਿ ਸਾਡੇ ਪਿੰਡ ਦੇ ਵਿੱਚ ਐਨ ਆਰ ਆਈਜ਼ ਫੈਮਿਲੀਜ਼ ਨੇ ਜਿਨ੍ਹਾਂ ਦੀ ਬਹੁਤ ਇੰਟਰਸਟ ਹੈ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਕੁਝ ਨਾ ਕੁਝ ਕਰਕੇ ਦਿਖਾਉਣਾ ਤੇ ਮੇਰਾ ਵੀ ਕੋਈ ਇਸ ਸਾਡੀ ਫੈਮਿਲੀ ਦਾ ਵੀ ਕੋਈ ਇਸ ਸਰਪੰਚੀ ਵਾਸਤੇ ਕੋਈ ਇੰਟਰਸਟ ਨਹੀਂ ਸੀਗਾ ਸਿਰਫ ਏਸੇ ਕਰਕੇ ਆਏ ਆ ਕਿ ਪਿਛਲੇ 15 20 ਸਾਲਾਂ ਤੋਂ ਸਾਡੇ ਪਿੰਡ 'ਚ ਨਾ ਕੋਈ ਗਲੀ ਬਣੀ ਐ ਨਾ ਕੋਈ ਗ੍ਰਾਂਟ ਲੱਗੀ ਐ ਨਾ ਸਰਕਾਰ ਨੇ ਕੋਈ ਬਹੁਤੀ ਗ੍ਰਾਂਟ ਸਾਨੂੰ ਦਿੱਤੀ ਐ ਤੇ ਅਸੀਂ ਮੋਫਰ ਸਾਹਿਬ ਦੀ ਰਹਿਨਮਾਈ ਦੇ ਹੇਠ ਅਸੀਂ ਵਧੀਆ ਤਰੀਕੇ ਨਾਲ ਪਿੰਡ ਦੇ ਵਿੱਚ ਕੰਮ ਕਰਾਂਗੇ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਪੰਜਾਬ ਸਰਕਾਰ ਤੋਂ ਅਸੀਂ ਗ੍ਰਾਂਟ ਦੀ ਡਿਮਾਂਡ ਵੀ ਕਰਾਂਗੇ ਗਲੀਆਂ ਨਾਲੀਆਂ ਬਣਨ ਵਾਲੀਆਂ ਸਾਰੀਆਂ ਇੰਟਰਲੋਕਿੰਗ ਜਿਹੜੀ ਹੈਗੀ ਆ ਟਾਈਲਸ ਵਗੈਰਾ ਲੱਗਣ ਵਾਲੀਆਂ ਹੈਗੀਆਂ ਸਾਡੇ ਪਿੰਡ ਦੇ ਛੱਪੜ ਦੀ ਸਫਾਈ ਨਹੀਂ ਹੋਈ ਸਾਡੇ ਪਿੰਡ ਦੇ ਵਿੱਚ ਕਾਫੀ ਪੰਚਾਇਤੀ ਜਿਹੜੀ ਜਗ੍ਹਾ ਹੈਗੀ ਉਹਦੇ ਤੇ ਕਿਤੇ ਵੀ ਉਹ ਪੰਚਾਇਤ ਦੇ ਕਬਜ਼ੇ ਹੇਠ ਨਹੀਂ ਹੈ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਸਾਰਿਆਂ ਨੂੰ ਛਡਵਾ ਕੇ ਪਿੰਡ ਵਾਸੀਆਂ ਲਈ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰੀਏ ਠੀਕ ਹੈ ਜੀ ਇਹ ਜਿਹੜੀਆਂ 135 ਵੋਟਾਂ ਦੇ ਵਿੱਚੋਂ 51 ਵੋਟਾਂ ਦੇ ਜਿੰਨਾ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਇਸ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੇ ਇਹ ਤਾਂ ਦੇਖੋ ਸਾਰਾ ਪਿੰਡ ਵਾਸੀਆਂ ਦਾ ਬਿਲਕੁਲ ਬਹੁਤ-ਬਹੁਤ ਧੰਨਵਾਦ ਕਰਾਂਗੇ ਕਿਉਂਕਿ ਵੋਟਾਂ ਤੋਂ ਪਹਿਲਾਂ ਇਹੀ ਮੁੱਦਾ ਉੱਠਿਆ ਸੀਗਾ ਉਹ ਜਿਹੜੀ ਦੂਸਰਾ ਗਰੁੱਪ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਪਿੰਡ 'ਚ ਗ੍ਰਾਂਟ ਆਉਣ ਦੇਣੀ ਹੈ ਨਾ ਅਸੀਂ ਸਰਬਸੰਮਤੀ ਹੋਣ ਦੇਣੀ ਹੈ ਸਾਰਾ ਪਿੰਡ ਇੱਕ ਸਾਈਡ ਸੀ ਵਨ ਸਾਈਡਡ ਮੈਚ ਸੀ ਟੋਟਲੀ ਸਾਰੇ ਪਿੰਡ ਨੇ ਇਹ ਗੱਲ ਕਹੀ ਸੀ ਕਿ ਆਪਾਂ ਸਰਬਸੰਮਤੀ ਕਰੀਏ ਤੇ ਸਰਕਾਰ ਤੋਂ ਜਿਹੜੀ ਆ ਸਪੈਸ਼ਲ ਐਡਪ ਅਡ ਆਪਾਂ ਨੂੰ ਮਿਲੂਗੀ ਬਟ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਸਪੋਰਟ ਨਹੀਂ ਕੀਤਾ ਚਲੋ ਜੋ ਵੀ ਪਿੰਡ ਵਾਸੀਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰੂੰਗਾ ਕਿ ਵਨ ਸਾਈਡਡ ਹੀ ਮੈਚ ਸੀਗਾ ਇਹ ਜੀ ਬਹੁਤ-ਬਹੁਤ ਧੰਨਵਾਦ ਜੀ ਉਮੀਦ ਕਰਦੇ ਹਾਂ ਤੁਸੀਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਖਰੇ ਉਤਰੋਗੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਬਹੁਤ-ਬਹੁਤ ਮਿਹਰਬਾਨੀ ਜੀ